ਮੈਂ ਰੋਜ਼ ਰੋਜ਼ ਟੌਰ ਕੱਢਣ 'ਚ ਬਲੀਵ ਨਹੀਂ ਕਰਦਾ, ਕਦੇ ਕਦੇ ਟੌਰ ਕੱਢਣ 'ਚ ਬਲੀਵ ਕਰਦਾ, ਪਰ ਹੁਣ ਦੇਖੋ ਮੇਰੀ ਆ ਸ਼ਕਲ ਬਾਲ ਬੂਲ, ਅੱਜ ਆਪਾਂ ਦੇਖਦੇ ਹਾਂ ਵੀ ਇੱਕ ਬੰਦੇ ਦੀ ਸ਼ਕਲ ਦੇ ਵਿੱਚ ਕਿੰਨਾ ਫਰਕ ਪਾ ਸਕਦਾ। ਮੈਂ ਹੁਣੇ ਆਪਣੇ ਬਾਲ ਕਟਾਉਣ ਚੱਲੇ ਹਾਂ ਅਤੇ ਇਹ ਹੈਗੀ ਆ ਮੇਰੀ ਬਿਫੋਰ ਲੁੱਕ। ਸੋ ਇਹ ਹੈਗੀ ਆ ਆਪਣੀ ਆਫਟਰ ਲੁੱਕ। ਹੁਣ ਨੇਰਾ ਹੋ ਗਿਆ, ਤੁਹਾਨੂੰ ਕਲੀਅਰ ਦਿਖ ਨਹੀਂ ਰਿਹਾ ਹੋਣਾ, ਪਰ ਹੁਸਨ ਫਿਰ ਵੀ ਡੁੱਲ ਡੁੱਲ ਪੈ ਰਿਹਾ ਹੋਣਾ। ਇਹ ਮੈਂ ਕਟਾਏ ਨੇ ਵਾਲ ਪੀਕੇ ਹੇਅਰ ਡਰੈਸਰ ਸਲੂਨ ਆ ਜਿਹੜਾ ਰਾਹੇ ਤੋਂ, ਮੈਂ ਉਹ ਵੀਰੇ ਕੋਲ ਜਾਂਦਾ ਹੁੰਦਾ ਪਿਛਲੇ 3 ਸਾਲਾਂ ਤੋਂ, ਮੈਨੂੰ ਬਾਕੀ ਵਾਲਾ ਪਤਾ ਵੀ ਨਹੀਂ ਹੈਗਾ, ਆਪਾਂ ਉਹਦੇ ਕੋਲ ਜਾਈਦਾ। ਆਈ ਐਮ ਸੈਟਿਸਫਾਈਡ ਜਿਹੜੇ ਮੈਂ ਉਹ ਵਾਲ ਕੱਟਦਾ। ਮੈਨੂੰ ਘੈਂਟ ਲੱਗੀ ਅੱਜ ਵੀ ਉਹਨੇ ਮੈਨੂੰ ਅੱਜ ਐਂ ਭੇਜਿਆ ਕਰਕੇ, ਕਹਿੰਦਾ ਤੂੰ ਐਂ ਕਿਹਨਾਂ ਘਰ ਜਾਏਗਾ, ਸਾਰਿਆਂ ਨੂੰ ਐਂ ਲੱਗੂ ਵੀ ਕੈਨੇਡੀਅਨ। ਤਾਂ ਤੁਸੀਂ ਦੱਸਿਓ ਕਿਵੇਂ ਲੱਗਿਆ, ਆਡ ਲੱਗ ਰਿਹਾ ਹੋਣਾ ਤੁਹਾਨੂੰ ਵੀ, ਮੈਨੂੰ ਵੀ ਆਡ ਲੱਗ ਰਿਹਾ, ਬਾਕੀ ਹਨੇਰਾ ਵੀ ਆ, ਸਾਰਾ ਜਿੰਨਾ ਚਾਨਣਾ ਆਪਣੇ ਹੁਸਨ ਕਰਕੇ ਹੋਇਆ ਹੋਇਆ ਵਾ। ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੈਂ ਜਦੋਂ ਕੈਮਰਾ ਕੱਢ ਲਿਆ, ਸਾਰੀਆਂ ਲੇਡੀਜ਼ ਕਹਿ ਰਹੀਆਂ ਨੇ ਵੀ ਜਿਹਨਾਂ ਨੂੰ ਪਤਾ ਹੁੰਦਾ ਵੀਡੀਓ ਬਣਾਉਣੀ ਆ ਫਿਰ ਵਧੀਆ ਸੂਟ ਪਾਉਂਦੇ, ਸਾਰਿਆਂ ਨੇ ਤਾਂ ਟੌਰ ਕੱਢੀ ਆ, ਮੰਮੀ ਅਤੇ ਚਾਚੀ ਨੇ ਉਹੀ ਜਿਹੜਾ ਘਰੇ ਸੂਟ ਪਾਇਆ ਹੋਇਆ ਸੀਗਾ। ਮੰਮੀ ਕਿੱਥੇ ਚੱਲੇ ਆਪਾਂ? ਸ਼ਰਨ ਨੂੰ ਕੱਪੜੇ ਲੈਣ ਚੱਲਿਆ, ਵੀ ਪਿੰਡੋ ਪਿੰਡ ਕੋਈ ਦੁਕਾਨ ਖੁੱਲੀ ਆ, ਆਮ ਨੋਟ ਸ਼ੋਰ। ਮੈਂ ਵੀ ਨਾਲ ਚੱਲਿਆ, ਮੈਂ ਕਿਹਾ ਵੀਡੀਓ ਬਣਾ ਲਈਏ ਮੰਮੀ ਉਹਨਾਂ ਨਾਲ, ਮੇਰੇ ਚੈਨਲ ਦੇ ਉੱਤੇ ਕਈ ਦਿਨਾਂ ਤੋਂ ਵੀਡੀਓ ਨਹੀਂ ਆਈ। ਆਪਣਾ ਸਾਈਕਲ ਜਿਹਦੇ ਪਿੱਛੇ ਬਹੁਤ ਇਹਨਾਂ ਨੇ ਕਮੈਂਟ ਕੀਤਾ ਵੀ ਵੀਰੇ ਤੁਸੀਂ ਹਬਰ ਦੀ ਫੋਟੋ ਲਾਤੀ, ਲੈ ਵੀ ਤੁਸੀਂ ਥੰਬਨੇਲ ਜਾ ਕੇ ਦੁਬਾਰਾ ਚੈੱਕ ਕਰੋ, ਇਹ ਸਾਈਕਲ ਤੁਹਾਨੂੰ ਉਹ ਥੰਬਨੇਲ ਦੇ ਵਿੱਚ ਦਿਖੂਗਾ। ਦੂਜੀ ਗੱਲ, ਜਿਹੜਾ ਮੇਰਾ ਟਾਈਟਲ ਸੀ ਉਹਦੇ ਵਿੱਚ ਕਿਤੇ ਕਾਰ ਨਹੀਂ ਲਿਖਿਆ ਸੀਗਾ, ਉਹਦੇ ਵਿੱਚ ਹਮਰ ਸਾਈਕਲ ਲਿਖਿਆ ਹੋਇਆ, ਤੁਸੀਂ ਜਾ ਕੇ ਚੈੱਕ ਕਰ ਲਓ। ਅੱਜ ਕੱਲ੍ਹ ਜਿਹੜੇ ਪੰਜਾਬ 'ਚ ਨਵੇਂ ਵਲੋਗਰ ਸਾਰੇ ਉੱਠ ਰਹੇ ਨੇ, ਉਹ ਇੱਦਾਂ ਹੀ ਬਸ ਤੁਰਦੇ ਫਿਰਦੇ ਇੱਦਾਂ ਹੀ ਵੀਡੀਓ ਬਣਾਈ ਜਾਂਦੇ ਆ, ਸੋ ਆਪਾਂ ਵਿੱਚ ਟਰਾਈ ਕਰ ਰਹੇ ਹਾਂ ਬਸ ਐਂ। ਇਹ ਕਾਟਨ ਲਿਨਨ ਕਾਟਨ, ਬੁੜੀਆਂ ਫਾਰਮ 'ਚ ਆਈਆਂ ਹੋਈਆਂ ਨੇ ਕੱਪੜੇ ਦੇਖ ਕੇ, ਉਹ ਦੇਖੋ ਆਹ ਪਸੰਦ ਆ, ਘੈਂਟ ਆ, ਆਹ ਵੀ ਘੈਂਟ ਆ, ਦੋਨੇ ਸੋਹਣੇ ਨੇ, ਮੈਨੂੰ ਦੋਨੇ ਪਸੰਦ। ਕੱਲ੍ਹ ਮੈਂ ਇਹ ਦੋਹੇ ਸਿਲੈਕਟ ਕਰਕੇ ਗਈ ਸੀ, ਬਸ ਇਹੀ ਦੋਨੇ ਸੀ, ਇਹਦਾ ਇੱਕ ਗ੍ਰੀਨ ਕਲਰ ਵੀ ਆ। ਆਪਾਂ ਪਤਾ ਕਿੱਥੇ ਆਉਣ, ਮਾਂਗਟ ਫੈਸ਼ਨ ਬੁਟੀਕ ਤੇ ਆ। ਆ ਇਹਨਾਂ ਦੇ ਇੱਕ ਚੀਜ਼ ਬੜੀ ਇੰਟਰਸਟਿੰਗ ਲਿਖੀ ਹੋਈ ਆ, ਉਧਾਰ ਇੱਕ ਜਾਦੂ ਹੈ, ਜੋ ਵੀ ਕਰਦਾ ਹੈ ਉਹ ਗਾਇਬ ਹੋ ਜਾਂਦਾ ਹੈ। ਮੈਨੂੰ ਜਾਦੂ ਬਿਲਕੁਲ ਪਸੰਦ ਨਹੀਂ ਹੈ, ਕਿਰਪਾ ਕਰਕੇ ਆਪਣੀ ਕਲਾ ਦੇ ਜ਼ੋਰ ਕਿਤੇ ਹੋਰ ਦਿਖਾਓ। ਮੰਮੀ ਫਿਰ ਆਪਾਂ ਉਹਰੇ ਕੀ ਕਰਦੇ ਹਾਂ, ਜਾਦੂ ਨਹੀਂ ਦਿਖਾਉਣਾ ਸੀ, ਗਲਾਸ ਬਾਲੇ ਸੋਹਣੇ। ਮੈਂ ਹਜੇ ਗਲਾਸ ਕਦੇ ਨੀ ਦੇਖਿਆ ਗਿਆ, ਜਿਹਨਾਂ ਦੇ ਅਸੀਂ ਕੱਪੜੇ ਲੈਣ ਆਏ ਸੀਗੇ ਉੱਥੇ ਰੂਹਾਂ ਚ ਪੀਣ ਲੱਗ ਗਏ। ਡਾਊਨ ਟਾਊਨ ਬੇਗੋਵਾਲ ਦੇ ਉਹ ਜਿਹੜੀ ਕਹਾਵਤ ਨਹੀਂ ਹੈਗੀ ਵੀ ਜਿਵੇਂ ਆ ਡੰਗਰਾਂ ਨੂੰ ਨਹਿਰ ਚੋਂ ਕੱਢਣਾ ਔਖਾ ਹੋ ਜਾਂਦਾ, ਛੱਪੜ ਚੋਂ ਕੱਢਣਾ ਔਖਾ ਹੋ ਜਾਂਦਾ ਮੱਝਾਂ ਨੂੰ, ਉਵੇਂ ਬੁੜੀਆਂ ਨੂੰ ਕੱਪੜੇ ਵਾਲੀ ਦੁਕਾਨ ਚੋਂ ਕੱਢਣਾ ਔਖਾ ਹੋ ਜਾਂਦਾ। ਪਰ ਆਈ ਐਮ ਵੈਰੀ ਪ੍ਰਾਊਡ ਆਫ ਕਿ ਅੱਜ ਸਾਡੇ ਘਰ ਦੇ ਬੜੀ ਛੇਤੀ ਇਹਨਾਂ ਨੇ ਕੱਪੜੇ ਲਏ। ਪਰ ਉਦੋਂ ਬਾਅਦ ਜਿਨ੍ਹਾਂ ਦੀ ਦੁਕਾਨ ਸੀਗੀ ਉਹਨਾਂ ਨਾਲ ਮਤਲਬ ਪਿੰਡ ਹੋਣ ਕਰਕੇ ਫਿਰ ਉੱਥੇ ਉਹਨਾਂ ਨੇ ਘਰੇ ਬੁਲਾ ਲਿਆ ਰੂਹ ਅਫਜਾ ਪੀਣ ਲੱਗ ਗਏ। ਫਿਰ ਜਦੋਂ ਵਾਪਸ ਆ ਰਹੇ ਸੀਗੇ ਫਿਰ ਮੈਂ ਸ਼ਰਨ ਨੂੰ, ਮੰਮੀ ਉਹਨਾਂ ਨੂੰ ਕਹਾਂ ਤੁਸੀਂ ਗੁਰਦੁਆਰੇ ਮੱਥਾ ਟੇਕ ਲਓ, ਮੇਰੇ ਪਾਇਆ ਸੀਗਾ ਕੱਛਾ ਅਤੇ ਕਈ ਲੋਕ ਓਬਜੈਕਟ ਕਰਦੇ ਕੱਛਾ ਪਾ ਕੇ ਆਪਾਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, ਸੋ ਮੈਂ ਫਿਰ ਘਰ ਨੂੰ ਆ ਗਿਆ। ਆਹ ਨੇ ਕੱਪੜੇ ਜੀ, ਆਹ ਇੱਕ ਫਰੋਕ ਆ, ਇਹਦੇ ਨਾਲ ਆ ਪਜਾਮਾ ਪਜੂਮਾ ਜਿਹੜਾ ਕੁਛ ਹੁੰਦਾ ਪਲਾਜੋ ਚਲਾਜੋ, ਆਹ ਮੈਨੂੰ ਸਭ ਆਹ ਪਿਆਰੀ ਲੱਗੀ ਮੈਨੂੰ, ਇਹਦਾ ਰੰਗ ਬੜਾ ਸੋਹਣਾ ਵਾ, ਆਲਿਵ ਗ੍ਰੀਨ ਜਿਹਾ ਗ੍ਰੀਨ ਜਿਹਾ ਕਹਿ ਲਓ। ਆਹ ਇੱਕ ਆ ਸੂਟ ਆ, ਲੋ ਜੀ ਆਪਾਂ ਕੱਪੜੇ ਲੋਬੀ ਜਿਹੜਾ ਕਾਮਨ ਏਰੀਆ ਹੁੰਦਾ ਉਹਦੇ ਵਿੱਚ ਰੱਖਤੇ, ਤਾਂ ਇਹ ਤੋਂ ਇਲਾਵਾ ਕੁਛ ਹੋਰ ਕਾਫੀ ਕਲਿਪਸ ਇਕੱਠੀਆਂ ਪਈਆਂ ਨੇ। ਜਿੱਦਾਂ ਇੱਕ ਦਿਨ ਮੁੰਡਾ ਸੀਗਾ ਕੈਨੇਡੀਅਨ ਵਲੋਗਰ, ਉਹਦੇ ਯੂਟਿਊਬ ਚੈਨਲ ਦਾ ਨਾਮ ਆ, ਉਹ ਕੇਕ ਲੈ ਕੇ ਆਇਆ ਸੀਗਾ, ਹੈ ਨਾ। ਲੋ ਜੀ ਆਪਣੇ ਸਬਸਕ੍ਰਾਈਬਰ ਆਏ ਨੇ ਬੜੇ ਪਿਆਰ ਨਾਲ, ਆਹ ਕੇਕ ਲਿਆਉਂਦਾ, ਕੇਕ ਦੇ ਉੱਤੇ ਲਿਖਾਇਆ ਹੁਸਨ, ਇੱਥੋਂ ਪਤਾ ਲੱਗਦਾ ਵੀ ਪੁਰਾਣੇ ਵਲੋਗ ਦੇਖਦੇ ਆ, ਪਹਿਲਾਂ ਤੋਂ ਦੇਖਦੇ ਆ ਹੁਸਨ, ਅਤੇ ਆ ਗੈਸ ਬੜਾ ਘੈਂਟ ਲਾਇਆ ਬਾਈ ਨੇ ਹੈਪੀ ਬਰਥਡੇ ਵਾਲਾ, ਸੋ ਜਿਹਦਾ ਵੀ ਕਿਸੇ ਦਾ ਬਰਥਡੇ ਅੱਜ ਉਹਦੇ ਲਈ ਇਹ ਕੇਕ ਆਪਾਂ ਕੱਟ ਰਹੇ ਹਾਂ, ਆਪਣਾ ਤਾਂ ਸੀਗਾ ਵੀ ਦੇਖ ਲਓ। ਇਹ ਰਹਿੰਦਾ ਲੁਧਿਆਣੇ, ਇਹਦਾ ਨਾਮ ਹੈਗਾ ਵਾ ਕੈਨੇਡੀਅਨ ਵਲੋਗਰ ਚੈਨਲ ਦਾ ਨਾਮ, ਆਪਾਂ ਰਹਿੰਦੇ ਹਾਂ ਕੈਨੇਡਾ 'ਚ, ਅਤੇ ਆਪਾਂ ਰੱਖਿਆ ਪੰਜਾਬੀ ਵਲੋਗ। ਇੱਕ ਦਿਨ ਬੈਂਕ ਗਏ ਸੀ, ਬੈਂਕ ਨੇ ਵੀ ਸਾਨੂੰ ਸੂਵੀਨੀਅਰ ਦਿੱਤਾ, ਲਾਈਕ ਜਿਹੜੇ ਪਿੰਡ ਦੀ ਬੈਂਕ ਆ ਉਹਨਾਂ ਨੇ ਦੇਖ ਲਿਆ ਵੀ ਉਹੀ ਮੁੰਡਿਆ ਵੀਡੀਓ ਵਾਲੇ, ਸੋ ਥੈਂਕ ਯੂ ਟੂ ਦੈਮ। ਅਤੇ ਆਲਸੋ ਹੁਣ ਤਾਂ ਤੁਸੀਂ ਚੈਨਲ ਨੂੰ ਫਾਈਨੈਂਸ਼ਲੀ ਸਪੋਰਟ ਕਰ ਸਕਦੇ ਹੋ, ਮੈਂ ਤਾਂ ਥੱਲੇ ਚੈਨਲ ਦੇ ਵਿੱਚ ਪੇਪੈਲ ਦਾ ਲਿੰਕ ਪਾਇਆ ਕਰੂੰਗਾ, ਤਾਂ ਤੁਸੀਂ ਜੇ ਤੁਹਾਨੂੰ ਮੇਰਾ ਕੰਮ ਵਧੀਆ ਲੱਗਦਾ ਤਾਂ ਤੁਸੀਂ ਉਹ ਲਿੰਕ 'ਤੇ ਜਾ ਸਕਦੇ ਹੋ। ਹੁਣੇ ਅੱਜ ਬੈਂਕ 'ਚ ਦੁਬਾਰਾ ਆਏ ਸੀਗੇ, ਅਕਾਊਂਟ ਸਾਡੇ ਖੁੱਲ੍ਹ ਗਏ, ਜਿਹੜਾ ਬੰਦਾ ਨਹੀਂ ਸੀ ਅਕਾਊਂਟ ਖੋਲ੍ਹਣ ਵਾਲਾ, ਅਤੇ ਉੱਤੋਂ ਜੀ ਮਾਣ ਸਤਿਕਾਰ ਬਾਹਲਾ ਕੀਤਾ ਗਿਆ, ਪਹਿਲੀ ਵਾਰੀ ਹੋਇਆ ਇੱਧਰ ਵੀ ਭਾਈ। ਇਹਦੇ ਵਿੱਚ ਉਹਨਾਂ ਨੇ ਇੱਕ ਤਰੀਕੇ ਦਾ ਸਾਨੂੰ ਇੱਕ ਸੁਵੀਨੀਅਰ ਦਿੱਤਾ ਵਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ, ਹਾਂ
ਆ ਫਸਾ ਦਿੰਦੇ ਆ ਜਿਹੜੀ ਜਿੰਦਾ ਉਹਨਾਂ ਨੇ ਮਤਲਬ ਉਹਨਾਂ ਦੇ ਕੋਈ ਫਰੈਂਡ ਨੇ ਉਹ ਸਾਨੂੰ ਗਾਹਾਂ ਦੇਖਦੇ ਨੇ ਤੋ ਮਤਲਬ ਉਹ ਕਹਿੰਦੇ ਤੁਸੀਂ ਸਾਡੇ ਪਿੰਡ ਦਾ ਨਾਂ ਰੋਸ਼ਨ ਕਰ ਰਹੇ ਹੋ ਜਿੱਥੇ ਸਾਡੀ ਬੈਂਕ ਆ ਮੈਨੇਜਰ ਵਾਸ ਰੀਅਲੀ ਕੂਲ ਗਾਏ ਵਧੀਆ ਸੀਗਾ ਬਹੁਤ ਹੀ ਪੋਲਾਈਟ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕੀਤੀ ਕਹਿ ਲਓ ਵੀ ਬੈਂਕ ਦਾ ਐਕਸਪੀਰੀਅੰਸ ਅੱਜ ਲਾਈਕ 10 out of 10 ਸੀਗਾ ਹਾਂ ਅੱਜ ਬਹੁਤ ਘੈਂਟ ਸੀਗਾ ਸਾਡਾ ਅਕਾਊਂਟ ਖੋਲਿਆ ਗਿਆ ਵਧੀਆ ਤਰੀਕੇ ਨਾਲ ਗਰਮੀ ਬਹੁਤ ਆ ਬਸ